सूबे च लगातार चोरी अते लुट खोह दीआं वारदातां च वाधा हो रहा है। नौजवान पीढ़ी नशे की पूर्ति लई इस काम नूं अंजाम दे रही है। जमीन ते पिया यह नौजवान नशे का आदि है। यह मोटरां दीआं केबलां चोरी करके उस चों तांबा कढ़दा है। हुण बेबस पिता ने ही उसनूं अपने घर च ही फड़ा दिता, क्योंकि यह नौजवान अपने ही पिता नूं मारन दीआं धमकियां दिंदा सी अते आखदा सी कि जेकर चोरी बारे किसे नूं दस्या तां ओह उसनूं मार देवेगा। अते चोरी करन वाले नौजवान ने मन्निया कि मेरे नाल होर भी नौजवान ने जो चोरी करदे ने। मौके ते पिंड वासियां ने इन्हां दो नौजवानां नूं फड़ के पुलिस दे हवाले कर दिता। ਮੈਨੂੰ ਪਰਸੋਂ ਦੀਆਂ ਧਮਕੀਆਂ ਨੇ ਵੀ ਤੈਨੂੰ ਮਾਰ ਦੂੰਗਾ, ਮੈਂ ਜੇ ਕਿਸੇ ਨੂੰ ਦੱਸਿਆ ਤੈਨੇ ਮੈਂ ਕੇਬਲਾਂ ਲਿਆ ਕੇ ਵੇਚਦਾ ਫੂਕਦਾ। ਮੈਂ ਇਹੀ ਅਰਜ਼ ਆ ਜੀ ਮੇਰੀ, ਮੈਂ ਮੇਰੇ ਭੈਣ ਭਾਈਆਂ ਨਾਲ ਜੱਟ ਕਿਸਾਵਾਂ ਨਾਲ ਮੈਂ ਸਹਿਮਤ ਹਾਂ, ਮੈਂ ਸੀਰ ਸਾਂਝਾ ਕਰਦਾ ਜੀ। ਮੈਨੂੰ ਵੀ ਪਤਾ ਵੀ ਕਿੰਨਾ ਕੁ ਦੁੱਖ ਆਉਂਦਾ ਜਾਂ ਕੇਬਲ ਵੱਢੀ ਜਾਂਦੀ ਹੈ ਜੀ। ਕਿੰਨਾ ਟਾਈਮ ਤੋਂ ਜਿਹੜਾ ਚਿੱਟੇ ਦੀ ਪੂਰਤੀ ਮਤਲਬ ਵਰਤੋਂ ਕਰ ਰਹੇ ਹੋ? ਇਹਨੂੰ ਹੋ ਗਈ ਜੀ 3 ਸਾਲ ਹੋ ਗਏ ਜੀ। हां जी मेनू इन्हें परसों धमकी दी है जी, जे तेने दसिया मैं तेन मार दूंगा। अंदर फूकता जी, मेरे अंदर मेरा घर दो कमरे दिते हुए जी, मेरा एक कमरा अड्डा ओहदे विच केवला फूकता जी, मेनू कुट के बाहर कढ दिंदा जी। ये मामला सर चोरां दा जी, तारां वढ के लैके जांदे ने जिहड़े मुंडे चिट्टा पींदे ने जी, साडे नेड़ले बाजीगर बस्ती वाले लवाणे दे जी, उत्थे दे आ महीने दे विच इह चौथा मसला जी। अज सानू मैं रात पहरे देती गए मोटरां दे जी सारियां, ते मेरी वारी सी रात, ते अज दुपहरे दे विच वढ के लै कहिंदे सी रात मोटरां तारां पवाईआं ने जी। इह किन्ना कु टाइम तों जिहड़ा देखे जी, इह सारा पिछले जद तों असीं कणक संभली आ जी उह तों लै के 6वां 7वां मसला जी, आ 15 दिन दे विच विच चौथा मसला जी अज दा। इह चोरी दा आपां की कारण मन्नदे आ? चोरी दा सर चिट्टा जी, नशा पत्ता चिट्टा हो गया, स्मैक होगी जी, ये सारे चिट्टे वाले ने जी। ਵੇਚਣ ਦਾ ਵੀ ਕੁਝ ਪਤਾ ਲੱਗਿਆ ਵੀ ਕਿਹੜੇ? ਹਾਂ ਸਰ, ਆਪਣੇ ਪਿੰਡ ਕੈਦੂਪੁਰ ਦੇ ਅੱਡੇ ਤੇ ਮੁੰਡੇ ਦੱਸਦੇ ਨੇ, ਅਸੀਂ ਉੱਥੇ ਫੜੇ ਨੇ ਸਾਰੇ, ਅਸੀਂ 3 ਪਿੰਡਾਂ ਦੇ ਬੰਦੇ ਖੜੇ ਆ ਜੀ, ਲਵਾਣਾ, ਤੰਗੇੜਾ, ਕੈਦੂਪੁਰ ਦੇ ਜੀ, ਗੌਲ ਦੇ ਜੀ, ਸਾਰੇ ਦੱਸ ਰਹੇ ਨੇ। ਉਹ ਮੁੰਡੇ ਦੱਸ ਰਹੇ ਨੇ ਵੀ ਅੱਡੇ ਦੇ ਆਪਣੇ ਬਾਜੀਗਰ ਬਸਤੀ ਦੇ ਵੀਰਾ ਬਾਜੀਗਰ ਆ ਜੀ, ਕੋਈ ਉਹਨੂੰ ਇਹ ਸਪਲਾਈ ਕਰਦੇ ਨੇ ਜੀ, ਤਾਰਾਂ ਫੂਕ ਕੇ ਉਹਨੂੰ ਵੇਚਦੇ ਨੇ ਜਾ ਕੇ। ਉੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਵੀ ਸੀਗਾ, ਉਹ ਫਰਾਰ ਹੋ ਗਿਆ ਜੀ ਬੰਦਾ। ਸਰ 2 ਫੜੇ ਨੇ ਜੀ, ਔਰ ਤੀਜਾ ਫਰਾਰ ਹੈ ਜੀ, ਉਹ ਖੁਦ ਮੰਨ ਰਹੇ ਨੇ ਜੀ। ਇੱਕ ਪੰਮੀ ਪਤਾ ਨੀ ਕੀ ਨਾਮ ਦੱਸ ਰਹੇ ਸੀ, ਉਹ ਹੈਪੀ ਹੈਪੀ ਨਾਮ ਆ ਜੀ ਉਹਦਾ ਮੁੰਡੇ ਦਾ। ਹਾਂਜੀ ਉਹ ਫਰਾਰ ਆ ਜੀ, ਹਲੇ 2 ਮੁਜਰਮ ਅਸੀਂ ਫੜ ਲਏ ਜੀ। ਸਰ ਸਰਕਾਰ ਤੋਂ ਇਹੀ ਅਪੀਲ ਕਰਦੇ ਹਾਂ ਜੀ, ਅਸੀਂ ਅੱਕੇ ਪਏ ਹਾਂ ਜੀ ਸਰ, ਸਾਰੇ ਪਿੰਡਾਂ ਦੇ ਲੋਕ ਜੀ, ਅੱਜ ਰਾਹ ਕੱਲ ਤਾਰਾਂ ਪਵਾਈਆਂ ਨੇ ਜੀ, ਅੱਜ ਰਾਤ ਦੀ ਡਿਊਟੀ ਕਰੀ ਆ, ਅੱਜ ਦਿਨ ਨੂੰ ਗਏ ਨਹੀਂ ਹੈਗੇ, ਅੱਜ ਦਿਨ ਨੂੰ ਵੱਢ ਕੇ ਲੈ ਗਏ ਜੀ। ਰਾਤ ਤਾਂ ਬਹੁਤ ਦੂਰ ਆ ਸਾਰੇ, ਤਾਂ ਦਿਨ ਨੂੰ ਵੀ ਨਹੀਂ ਛੱਡ ਰਹੇ ਜੀ। ਸਰ ਤੀਜੇ ਦਿਨ, ਸਰ ਹਰ ਤੀਜੇ ਦਿਨ ਚੌਥੇ ਦਿਨ ਜਿੰਦੇ ਤੋੜੇ ਜਾਂਦੇ ਨੇ ਮੋਟਰਾਂ ਦੇ, ਆਪਣਾ ਜ਼ਿਆਦਾ ਤੰਗੇੜਾ ਮੰਡੀ ਤੋਂ ਖੁਰਦ ਨੂੰ ਜਾਂਦੇ ਆ ਜੀ, ਉੱਥੇ 12-13 ਮੋਟਰਾਂ ਪੈਂਦੀਆਂ ਨੇ ਜੀ, ਹਰ ਤੀਜੇ ਦਿਨ ਸਰ ਜਿੰਦੇ ਤੋੜੇ ਜਾਂਦੇ ਨੇ ਜੀ, ਨਸ਼ੇ ਕਾਰਨ ਇਹ ਸਾਰਾ ਘਟਨਾ ਵਾਪਰ ਰਹੀ ਹੈ ਜੀ। ਇਹ ਸਾਡੇ ਏਰੀਏ ਦੇ ਵਿੱਚ ਲਾ ਲਓ ਵੀ ਇੱਧਰ ਸਾਡੇ ਪੈਸੇ ਤੇ ਲਾ ਲਓ ਜਿੰਨੀਆਂ ਮੋਟਰਾਂ ਨੇ, 30-40 ਮੋਟਰਾਂ ਨੇ, ਇਹ 30-40 ਮੋਟਰਾਂ ਨੇ ਪੈਸੇ ਤੇ ਸਾਡੇ ਤੇ, ਇਹ ਉਹਨਾਂ 'ਚ ਆਹ 6 ਮਹੀਨੇ 'ਚ ਲਾ ਲਓ ਵੀ ਘੱਟੋ ਘੱਟ 30 ਵਾਰ ਕੇਬਲਾਂ ਵੱਢੀਆਂ ਗਈਆਂ। ਇਹ ਆਹ ਜਿਹੜਾ 5ਵਾਂ ਮਹੀਨਾ ਚੜ੍ਹਿਆ, ਜਿਵੇਂ ਲਾ ਲਓ ਵੀ ਆਪਾਂ ਕਣਕ ਦੀ ਵਾਢੀ ਸ਼ੁਰੂ ਹੋਈ ਆ ਜਦ ਤੋਂ, ਮਾੜੀ ਜਿਹੀ ਕਣਕ ਪੱਕੀ ਹੈ ਉਸ ਵਕਤ ਤੋਂ ਲਾ ਕੇ 6 ਵਾਰ ਕੇਬਲਾਂ ਵੱਢੀਆਂ ਗਈਆਂ, ਔਰ ਲੋਕ ਹੁਣ ਤਾਂ ਕੇਬਲ ਪਾਉਂਦੇ ਵੀ ਨਹੀਂ ਡਰਦੇ, ਇੰਨੇ ਮਤਲਬ ਕਿ ਹਾਲਾਤ ਹੋ ਗਏ। ਅਗਲਾ ਕਹਿੰਦਾ ਵੀ ਚੱਲ ਕੋਈ ਨੀ, ਜੀਰੀ ਵਕਤ ਜਦ ਬੰਦੇ ਆਉਣਗੇ ਜਦ ਕੇਬਲ ਪਾਵਾਂਗੇ, ਹਨਾ। ਇਹ ਹੋ ਰਿਹਾ ਇਹ ਸਾਰਾ ਚਿੱਟੇ ਕਾਰਨ, ਇਹ ਬੰਦੇ ਨੇ ਜਿਹੜੇ, ਇਹ ਸਾਰੇ ਮੁੰਡੇ ਪਹਿਲਾਂ ਕੰਮ ਕਰਦੇ ਤੇ ਵਧੀਆ, ਇਹ 3-4 ਸਾਲ ਦੇ ਨਸ਼ਾ ਕਰਨ ਲੱਗ ਗਏ, ਟੀਕੇ ਲਾਉਂਦੇ ਨੇ, ਟੀਕੇ ਲਾਉਣ ਦੇ ਚੱਕਰ 'ਚ ਇਹੀ ਕੰਮ ਤੋਰ ਲਿਆ ਇਹਨਾਂ ਨੇ। ਬਸ ਵੀ ਇਹ ਸਾਡੇ ਮਤਲਬ ਕਿ ਮੇਰੇ ਜਿਹੜੇ ਪੈਸੇ ਤੇ ਮੇਰੀ ਮੋਟਰ ਹੈ ਉਹ ਪੈਸੇ ਤੇ 20 ਦਿਨਾਂ ਦੇ ਵਿੱਚ 5 ਵਾਰ ਕੇਬਲਾਂ ਵੱਢ ਲਈਆਂ, 8,000 ਦੀ 1 ਵਾਰ ਕੇਬਲ ਪੈਂਦੀ ਹੈ। ਅਸੀਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਵੇਂ ਪਹਿਲਾਂ ਮਰੀ ਗਈਆਂ ਫਸਲਾਂ ਦਾ ਨਹੀਂ ਦੀ ਮੁਆਵਜ਼ਾ ਲਾਉਂਦੀ ਹੁੰਦੀ ਸਰਕਾਰ, ਵੀ ਕਣਕ ਮਰ ਗਈ ਜੱਟ ਦੀ ਭਾਈ ਇਹਨਾਂ ਦਾ ਮੁਆਵਜ਼ਾ ਦੇ ਦਊ, ਦਿੰਦੇ ਤਾਂ ਹੈਗੇ ਨਹੀਂ, ਤੇ ਹੁਣ ਕੇਬਲਾਂ ਦਾ ਮੁਆਵਜ਼ਾ ਲਾਉਣ ਲਾ ਦੇਵੇ ਜੇ ਆਹ ਚਿੱਟਾ ਬੰਦ ਕਰ ਦੇਣਾ।
फड़े तो दो गए ने भी नौ इन्होंने चार पांच दे लेते ने बेचने वाले दे भी लेते ने भी तार छोटे सामने नौ ला रहे ने भीरे का हां भीरा जी सारे नौ ला रहे ने वो बंदे ने पुलिस भी गई थी घरे भीर जी मेरी ला लो 10,000 की केवल पैंदी एक बार की जे हुण मेरी पांच बार हफ्ते च वड्डी गई केवल किन्ने की बन गई 50,000 की तो केवल ही बन गई थोनू पता ही है भी किन्नी महंगी है केवल भी करिए कोई सिस्टम नहीं देखो जेडे फड़े गए ने सारे गरीब जनता के आते ने जी ये नशे तो लग गए जी इन्हों तो मार भी दी ता भी इन्हों कोई फर्क नहीं पैंदा जी मर जाएंगे कुछ मर्जी हो जाए ये तो होली जी मैं प्रशासन को बेनती करदा जेडे तारा चोरी लेंदे ने चोरी दियां सब तो पहला वो फड़े जाण ता साडा काम रुकगा नहीं इन्हां नूं की है जिन्हों तो फड़ के सड़ देंदे ने इन्हां कोल कुछ ना कुछ मिलता ना वास्ता जी अज जिले दो सानू चोर मिले ने एक का नाम है लाडी सिंह सन ऑफ करमा सिंह पिंड लवाना टैंपू के बाजीगर बस्ती रहने वाले ने दूजा जगप्रीत सिंह है सन ऑफ जीत सिंह पिंड लवाना टैंपू बाजीगर बस्ती के करीब इसकी उम्र 20 साल है जो पहले वाले की उम्र है 32 साल है यह पिंड जिमें कि स्टार्टर वगैरह चोरी करते मोटर की तारा वगैरह कटते थे वह मन्ने ने बाकी इन्वेस्टिगेशन कर रहे जिमें भी सू पता लगेगा दसदा।